ਜੀ ਦੋਸਤੋ ਦੇਖ ਸਕਦੇ ਹੋ ਕਿ ਖਬਰ ਆ ਰਹੀ ਹੈ ਕਿ ਪੰਜਾਬ ਸਕੂਲ ਟਾਈਮ 1 ਮਾਰਚ ਤੋਂ ਬਦਲੇਗਾ ਸਕੂਲਾਂ ਦਾ ਸਮਾਂ ਤਾਂ ਪੂਰੀ ਖਬਰ ਦੋਸਤੋ ਕੀ ਹੈ ਦੇਖ ਸਕਦੇ ਹੋ ਕਿ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲ ਜਾਵੇਗਾ ਯਾਨੀ ਕਿ ਕੱਲ ਤੋਂ ਅਜਾ 28 ਫਰਵਰੀਏ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੋਣਾ ਤੇ ਇਹ ਜਿਹੜਾ ਮਹੀਨਾ ਵਾ ਆਪਣਾ ਫਰਵਰੀ ਦਾ ਇਹ 28 ਦਾ ਹੀ ਹੁੰਦਾ ਵਾ ਤਾਂ ਦੋਸਤੋ ਦੇਖ ਸਕਦੇ ਹੋ ਕਿ ਪੂਰੀ ਖਬਰ ਕੀ ਹੈ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਸਕੂਲ ਲਈ ਟਾਈਮ ਟੇਬਲ ਜਾਰੀ ਹੋ ਚੁੱਕਿਆ ਵਾ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ 1 ਮਾਰਚ ਤੋਂ 31 ਮਾਰਚ ਤੱਕ ਸਕੂਲਾਂ ਦਾ ਸਮਾਂ ਹੇਠ ਦਿੱਤੇ ਅਨੁਸਾਰ ਹੋਵੇਗਾ ਤਾਂ ਦੋਸਤੋ ਉਹਨਾਂ ਵਿਦਿਆਰਥੀਆਂ ਨੂੰ ਦੱਸ ਦਈਏ ਕਿ ਜਿਹੜੇ ਤੇ ਹੈਗੇ ਦੋਸਤੋ ਸਮੂਹ ਪ੍ਰਾਇਮਰੀ ਸਕੂਲ ਵਾਲੇ ਠੀਕ ਹੈ ਜੀ ਉਹਨਾਂ ਦਾ ਜਿਹੜਾ ਹੋਵੇਗਾ ਦੋਸਤੋ ਸਮਾਂ 8:30 ਤੋਂ ਲੈ ਕੇ 2:30 ਵਜੇ ਤੱਕ ਦਾ ਹੋਵੇਗਾ ਤੇ ਖੁੱਲੇ ਰਹਿਣਗੇ 2:30 ਵਜੇ ਤੱਕ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਜਿਹੜੇ ਆਪਣੇ ਸਮੂਹ ਜਿਹੜੇ ਮਿਡਲ ਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦਾ ਜਿਹੜਾ ਸਮਾਂ ਹੈ ਉਹ ਦੋਸਤੋ 8:30 ਤੋਂ ਲੈ ਕੇ 2:50 ਮਿੰਟ ਤੱਕ ਦਾ ਠੀਕ ਹੈ ਸਕੂਲ ਵਿੱਚ ਇਸ ਸਮੇਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ ਤਾਂ ਦੋਸਤੋ ਟਾਈਮ ਟੇਬਲ ਜਿਵੇਂ ਤੁਹਾਡਾ ਜਿਹੜੀ ਪ੍ਰੇਅਰ ਆ ਦੋਸਤੋ ਉਹ 8:30 ਤੋਂ ਲੈ ਕੇ 9 ਵਜੇ ਤੱਕ ਤੁਹਾਡੀ ਪ੍ਰੇਅਰ ਹੋਣੀ ਆ ਫਸਟ ਪੀਰੀਅਡ ਦੋਸਤੋ ਤੁਹਾਡਾ 9 ਵਜੇ ਤੋਂ ਲੈ ਕੇ 9:40 ਤੱਕ ਦਾ ਹੋਣਾ ਤੇ ਸੈਕਿੰਡ ਪੀਰੀਅਡ ਦੋਸਤੋ ਜਿਹੜਾ ਤੁਹਾਡਾ ਲੱਗੇਗਾ 9:40 ਤੋਂ 10:20 ਤੱਕ ਦਾ ਤੇ ਇਸੇ ਤਰ੍ਹਾਂ ਦੋਸਤੋ ਤੁਹਾਡਾ ਥਰਡ ਪੀਰੀਅਡ ਠੀਕ ਹੈ 10:20 ਤੋਂ 11 ਵਜੇ ਤੱਕ ਦਾ ਫੋਰਥ ਪੀਰੀਅਡ ਦੋਸਤੋ 11 ਵਜੇ ਤੋਂ ਲੈ ਕੇ 11:40 ਤੱਕ ਫਿਫਥ ਪੀਰੀ ਬੀ ਤੱਕ ਇਸ ਤੋਂ ਬਾਅਦ ਦੋਸਤੋ ਤੁਹਾਡਾ ਜਿਹੜੀ ਆਉਗੀ ਰਿਸੈਸ ਬੱਚਿਓ ਪੜ੍ਹਾਈ ਦੇ ਵਿੱਚ ਡਾਊਟਸ ਆਉਂਦੇ ਆ ਸੋਲਵ ਨਹੀਂ ਹੋ ਪਾਰੇ ਤਾਂ ਇਸ ਦਾ ਸੋਲੂਸ਼ਨ ਹੈ ਡਾਊਟ ਨਟ ਐਪ ਜਿਹੜੇ ਵੀ ਕੁਐਸਚਨ ਤੇ ਤੁਹਾਨੂੰ ਡਾਊਟ ਹੈ ਉਸ ਦਾ ਫੋਟੋ ਕਲਿੱਕ ਕਰੋ ਕ੍ਰੋਪ ਕਰੋ ਤੇ ਤੁਰੰਤ ਤੁਹਾਨੂੰ ਉਸ ਕੁਐਸਚਨ ਦਾ ਵੀਡੀਓ ਸੋਲੂਸ਼ਨ ਮਿਲ ਜਾਏਗਾ ਉਹ ਵੀ ਬਿਲਕੁਲ ਫ੍ਰੀ ਚੀਜ਼ ਯਾਨੀ ਹੁਣ ਪੁੱਛੋ ਆਪਣੇ ਅਨਲਿਮਿਟਿਡ ਸਵਾਲ ਕਿਥੇ ਵੀ ਤੇ ਕਦੋਂ ਵੀ ਫਿਰ ਚਾਹੇ ਤੁਹਾਡਾ ਸਵਾਲ ਹੋਵੇ ਛੇਵੀਂ ਤੋਂ 12ਵੀਂ ਦਾ ਆਈਆਈਟੀ ਜੇਈ ਨੀਟ ਜਾਂ ਫਿਰ CBSE UP बिहार राजस्थान ਭਾਵੇਂ ਕਿਸੇ ਵੀ ਸਟੇਟ ਬੋਰਡ ਦਾ ਭਾਵੇਂ ਕੋਈ ਵੀ ਸਬਜੈਕਟ ਹੋਵੇ ਫਿਜ਼ਿਕਸ ਕੈਮਿਸਟਰੀ ਮੈਥ ਬਾਇਓਲੋਜੀ ਸਾਇੰਸ ਹੁਣ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ ਡਾਟ ਨਟ ਐਪ ਇਸ ਦੇ ਨਾਲ ਹੀ ਡਾਟ ਨਟ ਐਪ ਤੇ ਚੱਲ ਰਹੀ ਹੈ ਕਲਾਸ 9ਵੀਂ ਤੋਂ 12ਵੀਂ IIT JEE NEET ਦੇ ਬੱਚਿਆਂ ਦੇ ਲਈ ਆਨਲਾਈਨ ਕਲਾਸ ਜਿਸ ਦਾ ਹਿੱਸਾ ਬਣ ਕੇ ਦੇਸ਼ ਦੇ ਸਾਰੇ ਰਾਜ ਦੇ ਬੱਚੇ ਲੈ ਕੇ ਆਏ ਰੈਂਕ 1 ਅੱਜ ਹੀ ਡਾਟ ਨਟ ਐਪ ਨੂੰ ਇੰਸਟਾਲ ਕਰੋ ਤੇ ਸਾਰੇ ਡਾਊਟਸ ਨੂੰ ਪਹਜਾਓ ਤੇ ਟੌਪ ਰੈਂਕ ਲੈ ਆਓ ਠੀਕ ਹੈ ਜੀ ਤੁਹਾਨੂੰ ਰਿਸੈਸ ਮਿਲੇਗੀ ਦੇਖ ਸਕਦੇ ਹੋ 12:20 ਤੋਂ ਲੈ ਕੇ 12:50 ਤੱਕ ਤੁਹਾਨੂੰ रिसेस मिलेगी उस तो तो दोस्तों छेवं पीरियड फिर दोस्तों सत्तव पीरियड ठीक है फिर दोस्तों अठवें पीरियड दो दस तो लैके दो तक का ठीक है जी तो दोस्तों इस तो छुट्टी बल्ले बल्ले शाहबा ਤੇ ਦੋਸਤੋ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਇੱਕ ਹੋਰ ਖਬਰ ਆ ਰਹੀ ਹੈ ਕਿ 22 ਜੂਨ ਤੋ ਕਰੋਨਾ ਦੀ ਚੌਥੀ ਲਹਿਰ ਦਾ ਖਤਸਾ ਅਕਤੂਬਰ ਤੱਕ ਚੱਲੇਗੀ ਠੀਕ ਹੈ ਜੀ ਤਾਂ ਹਜੇ ਹਜੇ ਦੋਸਤੋ ਤੀਸਰੀ ਲਹਿਰ ਖਤਮ ਹੋਈ ਸੀ ਸਕੂਲ ਕਾਲਜ ਖੁੱਲੇ ਸੀ ਤਾਂ ਦੋਸਤੋ ਹੁਣ ਦੇਖੋ ਕਰੋਨਾ ਦੀ ਜਿਹੜੀ ਚੌਥੀ ਲਹਿਰ ਹੈ ਉਹਦੀ ਖਬਰ ਆ ਰਹੀ ਆ ਕਿ ਜਿਹੜੀ ਚੌਥੀ ਲਹਿਰ ਹੈ ਦੋਸਤੋ ਉਹ 4 ਮਹੀਨੇ ਬਾਅਦ ਜੂਨ ਤੋ ਆਉਣ ਦਾ ਜਿਹੜਾ ਖਤਸਾ ਉਹ ਬਣਿਆ ਹੋਇਆ ਹੈ ਦੋਸਤੋ ਇਹ ਅਗਸਤ ਦੇ ਨੇੜੇ ਤੇੜੇ ਆਪਣੇ ਸਿਖਰ ਤੇ ਹੋਵੇਗੀ 24 ਅਕਤੂਬਰ ਨੂੰ ਖਤਮ ਹੁਣ ਦਾ ਅਨੁਮਾਨ ਹੈ ਤਾਂ ਦੋਸਤੋ ਦੇਖੋ ਹਜੇ ਜੇ ਤਾਂ ਤੀਸਰੀ ਲਹਿਰ ਖਤਮ ਹੋਈ ਸੀ ਸਾਰੇ ਸਕੂਲ ਅਤੇ ਕਾਲਜ ਖੁੱਲ ਗਏ ਸੀਗੇ ਵਧੀਆ ਨਾਲ ਸਾਰੇ ਵਿਦਿਆਰਥੀ ਸਕੂਲ ਜਾ ਰਹੇ ਸੀਗੇ ਤਾਂ ਹੁਣ ਦੋਸਤੋ ਦੇਖੋ ਜਿਹੜੀ ਕਰੋਨਾ ਦੀ ਜਿਹੜੀ ਚੌਥੀ ਲਹਿਰ ਹੈ ਠੀਕ ਹੈ ਜੀ ਉਹਦਾ ਜਿਹੜਾ ਖਤਸਾ ਹੈ ਉਹ ਆ ਗਿਆ ਹੈ ਦੋਸਤੋ ਅਕਤੂਬਰ ਤੱਕ ਚੱਲੇਗੀ ਚੌਥੀ ਲਹਿਰ ਇਹ ਖਬਰ ਆ ਰਹੀ ਹੈ ਤਾਂ ਦੋਸਤੋ ਦੇਖਿਆ ਤੇ ਕਿ ਹਜੇ ਹਜੇ ਕਰੋਨਾ ਦੇ ਕੇਸਿਸ ਘਟੇ ਹੋਏ ਸੀਗੇ ਜਿਵੇਂ ਕਿ ਇੱਕ ਹਫਤੇ 'ਚ 51% ਦੀ ਕਟੇ ਕਰੋਨਾ ਦੇ ਮਾਮਲੇ ਠੀਕ ਹੈ ਜੀ ਤੀਸਰੀ ਲਹਿਰ ਹਜੇ ਖਤਮ ਹੋਈ ਸੀਗੀ ਤਾਂ ਹੁਣ ਦੋਸਤੋ ਖਬਰ ਇਹ ਆ ਰਹੀ ਆ ਕਿ ਜਿਹੜੀ ਕਰੋਨਾ ਦੀ ਜਿਹੜੀ ਲਹਿਰ ਠੀਕ ਹੈ ਜੀ ਉਹ ਚੌਥੀ ਲਹਿਰ ਠੀਕ ਹੈ ਜੀ ਉਹ ਅਗਸਤ ਦੇ ਨੇੜੇ ਤੇੜੇ ਆਏਗੀ ਤੇ ਦੋਸਤੋ ਉਹ ਸਿਖਰ ਤੇ ਹੋਵੇਗੀ ਠੀਕ ਹੈ ਜੀ ਤੇ ਦੋਸਤੋ ਉਹ 24 ਅਕਤੂਬਰ ਤੱਕ ਖਤਮ ਹੋਏਗੀ ਉਸਦਾ ਅਨੁਮਾਨ ਹੈ ਤਾਂ ਦੋਸਤੋ ਦੇਖਦੇ ਆ ਬਾਕੀ ਕੀ ਹੁੰਦਾ ਅੱਗੇ ਇਨ ਫਿਊਚਰ ਕਿਉਂਕਿ ਦੋਸਤੋ ਜਦੋਂ ਤੱਕ ਤਾਂ ਤੁਹਾਡੇ ਪੇਪਰ ਵੀ ਖਤਮ ਹੋ ਜਾਣੇ ਹਨ ਜੂਨ ਤੱਕ ਕਿਉਂਕਿ April ਦੇ ਵਿੱਚ ਤੁਹਾਡੇ ਪੇਪਰ ਹਨ ਇਸ ਲਈ ਦੋਸਤੋ ਪੰਜਾਬ ਸਰਕਾਰ ਜਾਂ PSCB ਤੁਹਾਡੇ ਜਿਹੜੇ ਪੇਪਰ ਹਨ ਉਹ ਜਲਦੀ ਤੋਂ ਜਲਦ April ਦੇ ਵਿੱਚ ਲੈ ਕੇ ਖਤਮ ਕਰੇਗੀ ਕਿਉਂਕਿ ਇਨ ਫਿਊਚਰ ਦੋਸਤੋ ਜੇ ਕੋਰੋਨਾ ਆ ਗਿਆ ਤਾਂ ਇਗਜ਼ਾਮ ਲੈਣਾ ਤੇ ਸਕੂਲਾਂ ਨੂੰ ਖੋਲ ਕੇ ਰੱਖਣਾ ਬਹੁਤ ਔਖਾ ਹੋ ਜਾਏਗਾ ਇਸ ਲਈ ਦੋਸਤੋ ਸਰਕਾਰ ਤੇ PSB ਤੁਹਾਡੇ ਇਗਜ਼ਾਮ April ਦੇ ਵਿੱਚ ਹੀ ਕੰਡਕਟ ਕਰਵਾ ਦੇਗੀ ਠੀਕ ਹੈ ਜੀ ਬਾਕੀ ਕੋਈ ਫਰਦਰ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਜਰੂਰ ਦੱਸਾਂਗੇ ਦੋਸਤੋ ਬਾਕੀ ਕੋਈ ਤੁਹਾਡੇ ਕੀ رائے ਵਿਚਾਰ ਨੇ ਦੋਸਤੋ ਤੁਸੀਂ ਆਪਣੀ رائے ਵਿਚਾਰ ਕਮੈਂਟਸ ਬਾਕਸ ਦੇ ਵਿੱਚ ਦੱਸ ਸਕਦੇ ਹੋ